Vampira. Ameaça aí, Deus. بسم الله الرحمن الرحيم اللهم كل وليك الحجة ابن الحسن صلواتك عليه وعلى آبائه يا ذي السعادة وفي كل سعادة من سعادة الليل والنهار ولي محافظ وقائد مناصر ودليل من الطاعة تسكنه ارزقا وانت تمتعه في यार अब मोहम्मद वाले मोहम्मद हाजरीन मजलस दे सगीरा कबीरा गुनाह माफ सदे वालदेन दे गुनाह माफ सदे मरहूमीन दे गुनाह माफ भाई अकील भाई मोहसिन दे खानदान दे जितने मरहूमीन इस दुनिया तो तुर गए दर्जात बिलखसूस रहने वाले दे दर्जात जितने बीमार हैं शिफाए कुलिया जला भाई दी वालदन शिफाए कुली याद लाता भाई साहब दी वालदन मले तकलीफ से जितने बे औलाद इन मातमी अता फर जिन्हें औलाद दिती है नेक साले बना वालदेन दे नसीब फरमा हर शरीफ दी इज्जत महफूज कर हर अजादार दी धी दे नेक नसीब अलीयन वलीउल्ला पढ़न वाले हर अजादार मातमी दी हिफाजत سارے پردے لے وارث قائم دے جل ظہور فرما اللہم صلی علی محمد و آل محمد دعاواں دی قبولیت اور مجلس دی قبولیت واسطے باواز بلند صلوات اللہ درود پاک و تسبیح جن وچ وحدہ اللہ شریک اللہ شریک ہوندے सलवात ऐसी पढ़ वारिस मेरे ऊपर इतराजी हो माशाल्लाह ला हौल वला कुव्वत इल्ला बिल्लाह अलियल अजीम औज बिल्लाह मिन शैतान रजीम बिस्मिल्लाह रहमान الحمد لله الذي نبرا قلوبنا بمصائب الحسين صلوات خطبہ اتنا کافی 40 منٹ میرا ٹائم ہے جلسے دی جلسے دی مجلس سے میں خود بانی دی حیثیت نال تو شام تک صف آزاد تے رہنا دعا منگو انشاءاللہ چھوٹے سن وچ قربان یتیم بلا ہوئے حکم ملے جو سب کو لہور علی سین دے جوڑی دے رکھ سنا بعد اچ میرا بہت ہی پیارا بھائی تصور خان ممبر تے موجود بیٹھے انشاءاللہ چھوٹے سن اچ میں دعا منگی ہے بال یتیم نہ ہوئے تہاڈی ہائے آمین آئی دوجی دعا منگنا جے یتیم ہوئے انشاءاللہ قید نہ ہوئے جتنے اولاد دی دعا ذمہ لائیے مالک ماتمی دے وے اے باب الہوائی دے پترن عیداں دوان تے دوہے عیداں کوفے کھا دیاں شیوال علی عید عالیہ یتیم تھی حج علی عید رقیہ دی جوڑی حارث دے سامنے حاضر بلا بلا جڑا کہ انتظار ہے بلا سیدات پر اعتراض
ਇਦਾਂ ਸ਼ਾਹ ਜੀ ਸੈਯਦੋ ਜਾਓ ਜਲਦੀ ਹੈ ਜਿੱਥੇ ਅੱਗ ਬਲਦੀ ਹੈ ਚਾਚਾ ਬਲਾ ਹੋ ਗਿਆ ਹਰ ਆਖੇ ਚਾਂਸੂ ਆ ਗਏ ਜਿਤਨੇ ਬੇ ਔਲਾਦ ਹਨ ਅੱਲਾ ਮਾਤਮੀ ਦੇਵੇ ਜਿਨ੍ਹਾਂ ਨੂੰ ਅੱਲਾ ਔਲਾਦ ਦਿੱਤੀ ਹੈ ਪਰਦੇ 'ਚ ਬੈਠੀਆਂ ਮਾਵਾਂ ਭੈਣਾਂ ਸੈਯਦਾਦੀਆਂ ਇੱਕ ਮਿੰਨਤ ਕਰ ਸਾਂ ਈਦ ਹੋਵੇ ਨਾ ਗਰੀਬਾਂ ਦੇ ਬੱਚਿਆਂ ਕੋਈ ਹਮਸਾਏ ਨਵੇਂ ਕੱਪੜੇ ਖਿੰਦੇ ਨੇ ਜਦੋਂ ਈਦ ਹੋਵੇ ਕਿਉਂਕਿ ਮੁਹੰਮਦ ਵਾਲੇ ਮੁਹੰਮਦ ਦੇ ਮੰਨਣ ਵਾਲੇ ਹਰ ਕਿਸੇ ਕੋ ਪਤਾ ਹੁੰਦਾ ਮੇਰੀ ਗਲੀ 'ਚ ਕਿਹੜਾ ਯਤੀਮ ਹੈ ਕਿਹੜਾ ਬੱਚਾ ਗਰੀਬ ਹੈ ਕੋਈ ਸਾਹਿਬ ਲੋਕ ਹੋਵੇ ਜਿਹਨਾਂ ਕੋਲ ਲੋਕ ਨੌਕਰੀ ਕਰਦੇ ਹੋਵੇ ਮਜ਼ਦੂਰੀ ਕਰਦੇ ਹੋਵੇ ਰਿਆਏ ਬੈਠੀ ਹੋਵੇ ਹਾਲਾਤ ਤੋਂ ਹਰ ਕੋਈ ਬਖੂਬੀ ਵਾਕਿਫ ਹੁੰਦਾ ਈਦ 'ਤੇ ਜਦੋਂ ਆਪਣੇ ਬੱਚਿਆਂ ਦਾ ਲਿਬਾਸ ਲਵਣ ਵੰਜਣ ਤਾਂ ਗਰੀਬਾਂ ਦੇ ਬੱਚਿਆਂ ਦਾ ਹੀ ਗਿੰਦਣ ਮਾਵਾਂ ਭੈਣਾਂ ਸੈਯਦਾਦੀਆਂ ਯਕੀਨਨ ਤੁਹਾਡੇ 'ਚ ਜ਼ਿਕਰ ਦੇ ਵਾਰਿਸ ਹੀ ਮੌਜੂਦ ਹਨ ਕਿਸੇ ਦਾ ਪੁੱਤਰ ਅਤੇ ਕਿਸੇ ਦਾ ਭਰਾ ਹੱਥ ਬੰਨ ਕੇ ਮਿੰਨਤ ਪਿਆ ਕਰਦਾ ਅਗਰ ਈਦ 'ਤੇ ਕੋਈ ਤੇਰੇ ਬੱਚੇ ਵਾਸਤੇ ਨਵਾਂ ਲਿਬਾਸ ਦੇਵੇ ਬੈ ਮੌਕੇ 'ਤੇ ਪਵਾਵੇਂ ਈਦ ਵਾਲੇ ਦੇ ਨਾ ਪਵਾਵੇ ਤੇਰਾ ਬੱਚਾ ਆਪਸੀ ਅੰਮਾ ਮਹੱਲੇ ਦੇ ਸਾਰੇ ਬੱਚੇ ਪੇ ਪੈਂਦੇ ਮੈਨੂੰ ਕਿਉਂ ਰੋਕੇਂਦੇ ਉਹਨੂੰ ਪਿਆਰ ਕਰਕੇ ਆਖੇ ਲਾਲ ਸਾਡੀ ਈਦ ਆਈ ਮੁਸਲਮਾਨਾਂ ਬਰਬਾਦ ਕਰ ਛੋੜੀਏ ਬੱਚੇ ਦੀ ਫਿਤਰਤ ਦੇ ਸਵਾਲ ਸਾਹਿਬ ਜਦੋਂ ਦੂਜਾ ਸਵਾਲ ਕਰੇ ਮੂੰਹ ਚਮਕੇ ਕਹੇ ਕਿਵੇਂ ਪਵਾਵਾਂ ਤੂੰ ਨਵੇਂ ਪਹਿਨਾ ਹੈ ਰੁਕਈਆ ਦੇ ਜੋੜੀ ਆਪਣੇ ਅਗਲੇ ਲਹੇ ਲੈ ਲੈ ਪਹਿਲਾ ਹੋਵੇ ਸੈਯਦਾ ਤੇ ਤੇਰਾ ਜੀ ਹੋਵੇ ਸਲਾ ਆਪਣੇ ਦੇ ਦਰ ਵਿੱਚ ਬਈ ਮਸਲ ਬੜੀ ਤੋਂ ਹਾਂ ਗਿਆ ਤੇਰਾ ਜੀ ਮੇਰੇ ਵਿੱਚ ਅੱਲਾ ਤੇਰਾ ਖਰਚ ਇਬਾਦਤ ਮੈਂ ਨੌਕਰ ਚਾਚਾ ਹੱਥ ਨਾ ਜੋੜੋ ਮੈਂ ਤੇਰਾ ਨੌਕਰ ਮੈਂ ਹਰ ਅਦਾਦਾਰ ਮਾਤਮੀ ਦਾ ਨੌਕਰ ਹਾਂ ਦੋ ਮਸਾਇਬ ਮੈਂ ਨੌਕਰ ਕੋਈ ਜ਼ਾਕਿਰ ਪੜੇ ਹੁਕਮ ਕੀਤਾ ਕਰ ਬਿਲਖਸੂਸ ਸਫੈਦ ਰੀਸ਼ ਬਜ਼ੁਰਗ ਮੈਂ ਪੁੱਤਰਾਂ ਦੀ ਜਾ ਹੱਥ ਬੰਨੋ ਨਾ ਤਾਂ ਦੂ ਮੰਜ਼ਰ ਯਾਦ ਆਨ ਇੱਕ ਦਾਮੀ ਦੇ ਜੀ ਗਿਰਦਾ ਜਦੋਂ ਹੁਸੈਨ ਦੀ ਧੀ ਕਾਤਲ ਦੇ ਸਾਹਮਣੇ ਹੱਥ ਜੋੜੇ ਦੂਆ ਮੁਸੈਬ ਦੇ ਜਿਹੜੇ ਜ਼ਵਾਰ ਬੈਠੀ ਉਹ ਜਿਹੜਾ ਦੀਵਾਰ ਤੇ ਨਕਸ਼ ਬਣਿਆ ਹੋਇਆ ਹੈ ਦਾ ਦਿਲ ਹੱਜ ਮੇਰੀ ਸੈਣ ਦੀ ਜੋੜੀ ਕਾਤਲ ਦੇ ਸਾਹਮਣੇ ਲਿਖਿਆ ਹੋਇਆ ਹੈ ਇਹੋ ਦੇ ਲਹਣ ਦੇ ਸਦੀਓ ਭੈਣਾਂ ਦਾ ਇੰਤਜ਼ਾਰ ਮਰਹਬਾ ਸੈਯਦਾ ਤੇਰੇ ਤੇਰਾ ਹੁਸੈਨ ਦੀ ਮਾਂ ਤੇਰਾ ਪੁਰਸ਼ ਕਬੂਲ ਕਰੇ ਬਾਬਾ ਮਾਰਾ ਗਈ ਹੈ ਤਕਦੀਰ ਜ਼ਿੰਦਾਨ ਵਿੱਚ ਕਿੰਨਾ ਬੜੇ ਅਜ਼ਾਦਾਰ ਇਹ ਮੈਂ ਅਲਮਾਂ ਦੇ ਦਰਮਿਆਨ ਖਲੋਤਾ ਇਹਨਾਂ ਦਾ ਬਾਬਾ ਤੁਸੀਂ ਸ਼ਹਾਦਤ ਸੁਣੀ ਹੋਈ ਤੁਹਾਡੇ ਬੱਚਿਆਂ ਕੋਲ ਮਜ਼ਮੂਨ ਯਾਦ ਹੈ ਨੌ ਦਿਲ ਹੱਜ ਦਾਰੁਲ ਅਮਾਰਾ ਦੀ ਛੱਤ 'ਤੇ ਕੁੱਠਾ ਹੈ ਅਚਾਰਾਂ ਹਜ਼ਾਰ ਬੈਅਤ ਕਰਨ ਵਾਲੇ ਦਾ ਤਮਾਸ਼ਾ ਦਿੱਛਾ ਹੈ ਕਿਧਰ ਅੱਲਾ ਪੁੱਤਰਾਂ ਦੀ ਹਿਫਾਜ਼ਤ ਕਰੇ ਜੋ ਪਰਦੇਸ 'ਚ ਹਨ ਸ਼ਾਲਾ ਪਰਦੇਸ 'ਚ ਕਹੇ ਦੇ ਬੱਚੇ ਨਾ ਰੁਲੇ ਮੁਸਲਿਮ ਨੂੰ ਸ਼ਹੀਦ ਕਰਨ ਦੇ ਬਾਅਦ ਇਹਨਾਂ ਪੈਰਾਂ 'ਚ ਰੱਸੀਆਂ ਪਾ ਕੇ ਬੂਫੇ ਦੀਆਂ ਗਲੀਆਂ 'ਚ ਲਾਸ਼ ਫਿਰਾਈਏ ਸੱਤ ਦਿਹਾੜੇ ਫਿਰਾਈਂਦੇ ਰਹੇ ਅਤੇ ਹੱਥ ਬੰਨ ਕੇ ਆਉਂਦੇ ਰਹੇ ਮਾਰ ਤਾਂ ਛੋੜਾ ਦੇ ਸਾਨੂੰ ਜਨਾਜ਼ਤ ਪਰ ਵਾਹਿਦ ਮੁਸਲਿਮ ਹੈ ਜਦੋਂ ਦਫ਼ਨ ਕਰਨ ਵਾਲਾ ਕੋਈ ਮਰਦ ਨਹੀਂ ਜਨਾਬੇ ਹਾਨੀ ਔਰ ਜਨਾਬੇ ਮੈਸਨ ਦੀ ਬੀਵੀ ਇਹਨਾਂ ਲਾਸ਼ 'ਤੇ ਮਿੱਟੀ ਪਾਈ ਹੈ ਇਹ ਜਿਹੜੀਆਂ ਸੈਦਾਂ ਦੀਆਂ ਲਾਸ਼ਾਂ ਉਮਤ ਤੋਂ ਲੁਕਾਈਆਂ ਗਈਆਂ ਉਹਨਾਂ 'ਚ ਇੱਕ ਅਮੀਰ ਮੁਸਲਿਮ ਦੀ ਲਾਸ਼ ਹੈ ਇਵੇਂ ਨਹੀਂ ਬਾਬੁਲ ਹਵਾਇਜ ਬਣੇ ਛੇ ਪੁੱਤਰ ਕਰਬਲਾ ਦੇ ਮਿਸ਼ਨ ਸਿਰ ਪੁੱਤਰਾਂ ਨਾਲ ਹੀ ਬਾਬੁਲ ਹਵਾਇਜ ਨਹੀਂ ਬਣਿਆ ਕੋਈ ਸੈਯਦ ਬੈਠੇ ਦਿਲ ਦੁੱਖੇ ਮੈਂ ਨੌਕਰਾਨੀ ਦਾ ਪੁੱਤਰ ਗੈਰ ਸੈਯਦਾਂ ਮੈਨੂੰ ਮਾਫ਼ ਕਰਾਏ ਤਸੱਲੀ ਕਰੇ ਜੇ ਤਾਰੀਖ ਦਾਨ 'ਤੇ ਤੇਰਾ ਯਕੀਨ ਹੋਵੇ ਉਹਦੇ ਸਰ 'ਤੇ ਕੁਰਾਨ ਰੱਖ ਕੇ ਤਸੱਲੀ ਕਰੇ ਅੱਬਾਸ ਦੇ ਅਲਮਾਂ 'ਤੇ ਮੇਰਾ ਹੱਥ ਇਸ ਤੋਂ ਵਧੀ ਕਸਮ ਕੋਈ ਨਹੀਂ ਕਰਬਲਾ ਹਰ ਕੇ ਪੁੱਤਰ ਦੀ ਤੇ ਮੁਸਲਿਮ ਦੋ ਧੀਆਂ ਦਿੱਤੀਆਂ ਛੋਟੀ ਦੀ ਕਰਬਲਾ ਸ਼ਾਮੇ ਗਰੀਬਾਂ ਇਹਨ ਕਮਾਲ ਹੋਈਏ ਜੀ ਖਜਰ ਦੇ ਹਸਨ ਦਾ ਯਤੀਮ ਨੌਕਰ ਚਾਚਾ ਤੇਰੀਆਂ ਧੀਆਂ ਦੇ ਪਰਦੇ ਹੋਵੇ
गुरुपत दी हाथ है भतरीजा पवाल होया चाचे अबा विछा के फूल कठे कर ले टुकड़े छोड़ ले लेकिन जदा आतिक शहर पा माल हो ये ना आलियो कुल चादर आई ना हाथ आजाद मरहबा मरहबा सैयदात दे तेरा जी होवे बड़ी थी जनाबे अमीर मुस्लिम दी कुंपे मत बने हमीद बिन तल हुसैन दी तख्ती लगी हो ये जड़े जवार बैठे हो इस बाबे दा सर बाजार च कठे होया डिठे लटके होया आके पुछियस बाबा ते कु ते शहीद कर छोड़ा ने सदे भिरा किन गए ते जनाबे अमीर मुस्लिम दे लम उतारे कोई भिरा कूफे दी कैदों दे निकल ए बीबी उठ तू छणी है ए दे सा मुके ए जड़े शहजादे कैदी रहन शेख मुबीन लिखे पूरा एक साल एक कूफे च कैदी रहन मिंबर ते पढ़न अलग कोई जाकिर अकले कुल नहीं होंदा ए जड़ी अजादारी इमाम हुसैन अलैहि सलाम दी तुसा मना रहे हो ए इमाम जमाना दा एक किला है असा बाहरवें दी रैयत है ए मजलूम दी आजादारी साडे इमाम दी ताकत जाहिर करती है इस आजादारी तो दुश्मन कितना खौफ सदा है मेरे तो बेहतर मेरे बुजुर्ग अपनी वालदेन दी तरबियत सारी खून में शामिल है तहफ्फुज अजा विला हुरमत सादात सादात दा एहतराम वाजिब समझ के कीता करो पंजवा इमाम है बच्चा होवे बाप जितना एहतराम बच्ची होवे सैयदादी माँ जितना एहतराम जेड़ा जान बुझ के एहतराम न करे गरीब सैयदा ही सवाल वास्ते उठे एहतराम कीता करो अगर तू मैं हक देवा ना सैदन दा इस ताज ते बह के खावे ना तख्त ते बह के खावे ना नहीं मुक्ति असा मकरूज है दिता करो हक सैयदा अमीर दा एहतराम कीता गरीब दा ही कीता दोहां जुमरे च कीता जितने औलाद अले बंदे भई अकील अल्लाह पुत्रां दी जिंदगी करी भिरावां दे जोड़ सलामत अल्लाह हासदीन तो बचावे अल्लाह नजरे बद तो बचाए सजादियां ले वसते रहो तुहाडियां नस्लें हुसैन दी माँ आजादारी मुंतकिल करे एक साल दी कैद है अव्वल वक्त दे नमाजी हैं चाचा पूरे साल दे रोजेदार हैं कोई ऐसा रोजा नहीं जिंदे ताज़ा खाना मिला होवे ठंडा पानी मिला होवे एक जौ दी रोटी गरम पानी ते गरम पानी लबां ते लगदा आई ते करबला तो मुंह करके आ जाए ना रुबाब दा तुस्सा बचड़ा थोड़े गरम है सन मिल तके है अल्लाह जाने की हो जे मुसलमान दो दरियावां दी आदी है खलो के मंगदा ते एक घुट पानी दा दे सैयदा तेरे तराजी बलो सैयदा राज मैं ना कर एक दी आंखें ने मशकूर साडे कोल आबे असा मुद्दत दे मां तो निकले साडा भेणी वास्ते दिल उदास है इस तरह हो गया कि शहजादे जे जिंदान ने तुसा कह दियो इतना गर्म है मैं एक मिनट ही तेरे कोल नहीं बैठ सकदा यतीम मां ना ले जे चा दिन इंसाफ नहीं भी कीता तू जवान होके दी गर्मी बर्दाश्त नहीं कर सकदा क्या असा कह दी औलाद ने जितने बंदे औलाद आले बैठे हो वारिसां आले बच्चे और यतीम बच्चे दे लहजे तो पता लग जांदा वारिसां आले दे लहजे जुरत होंदी है यतीम दा लहजा नहीं माणा होंदा सात साल तक बच्चे दा ख्याल तरबियत पढ़े लिखे लोग बैठे हो ए मावां करेंदियां जड़े जवान मेरे भाई बैठे हो छोटी औलाद आले छोटी उम्र बच्चियां दा ख्याल मावां करेंदियां अच्छा नदानी च बच्चे तो घर च कोई नुकसान थी वने सियाणियां मावां मरेंदियां नहीं जितना बड़ा नुकसान होवे कोई वलदा नहीं मेरिया भेणी मारा ही ना करो तर गुजर बच्चे का दिल त्रुट वेंदे बच्चा एहसास कमतरी का शिकार हो वेंदे प्यार नाल समझा कहीं गैर दे बच्चे तो कोई नुकसान थी वने ते अगर मारो चा उतने तक बाल चुप नहीं करेंदा जब तक उहदा बदला लवण वारिस ना आवे माहरीना दिल वारसां ला बच्चा उच्चा वैण करके ऐलान करदे वारसां को सदेन दे अगर किसे यतीम दे हथों नुकसान ही थी वने ते तू मार छोड़े तो वैण नहीं करदा उहदे फकत नीर रुकदे उहनूं पता होंदा वैणा दा फायदा कोई नहीं ना तो कोई मेरा बदला लवण आला है भला होवे जहान भला होवे जहान
ਕਰਬਲਾ ਦੇ ਸਿਰੋਂ ਮੈਂ ਨੌਕਰ ਬੇਸਵਾਲ ਪੂਰਾ ਸਾਲ ਮਤ ਕੋਈ ਸਵਾਲ ਨਹੀਂ ਕੀਤਾ ਅੱਠ ਜ਼ਿਲ ਹੱਥ ਜਾਈ ਮੇਰਾ ਬਾਬਾ ਮਰਹੂਮ ਪੜਦਾਈ ਜਿਹਨਾਂ ਬਜ਼ੁਰਗਾਂ ਸੁਣੇ ਚਾਚਾ ਸਾਲ ਮੁੱਕੇ ਭਾਈ ਜਾਨ ਅੱਠ ਜ਼ਿਲ ਹੱਥ ਨਹੀਂ ਥੀ ਗਏ ਕਮਜ਼ੋਰ ਥੀ ਗਏ ਇੱਕ ਜੁਮਲੇ 'ਚ ਅਗਰ ਤੂੰ ਹਾਜ਼ਰ ਬੈਠੇ ਤਾਂ ਸਮਝ ਆਵੇ ਸੀ ਇਤਨੇ ਕਮਜ਼ੋਰ ਥੀ ਗਏ ਜੋ ਜਿਸਮ ਦਾ ਗੋਸ਼ਤ ਮੁੱਕ ਗਿਆ ਹੈ ਹੱਡੀਆਂ ਮੱਚ ਗਈਆਂ ਬਿਰਾਹ ਦੇ ਸਾਹਮਣੇ ਆ ਬੈਠੇ ਆਸਤੀਨ ਤੋਂ ਕੱਪੜਾ ਹਟਾਏ ਅਤੇ ਆਪਣੇ ਵਜੂਦ ਵਾਲੇ ਪਾਸੇ ਇਸ਼ਾਰਾ ਕਰਕੇ ਇਬਰਾਹੀਮ ਮੁਹੰਮਦ ਨੂੰ ਪਿਆਦਾ ਵੀਰ ਡਿੱਠੇ ਹੀ ਮੇਰਾ ਗੋਸ਼ਤ ਜ਼ਿੰਦਾ ਖਾ ਗਿਆ ਤੇਰੀ ਹਾਏ ਨਿਕਲੀਏ ਪੁੱਛਿਆ ਅਤੇ ਸਾਫ ਸਾਫ ਬੋਲ ਕੀ ਆਖਣਾ ਚਾਹੁੰਦੇ ਬਿਰਾਹ ਨੂੰ ਪਿਆਦਾ ਵੀਰ ਇੱਧਰ ਹੋਗਾ ਮੋਮਿਨ ਅਤੇ ਕੈਸਾ ਮੋਮਿਨ ਮਸ਼ਕੂਰ ਦੇ ਬਾਰੇ ਕੈਸਾ ਮੋਮਿਨ ਸਾਕੂ ਪਾਣੀ ਗਰਮ ਦਿੰਦਾ ਖਾਣਾ ਖੁਸ਼ਕ ਦਿੰਦਾ ਕਈ ਕਈ ਦੀ ਜਾਣ ਕੇ ਦਿੰਦਾ ਨਹੀਂ ਕਦੀ ਸਾਡੇ ਕੋਲ ਬੈਠਾ ਨਹੀਂ ਅਤੇ ਵੀਰ ਗੌਰ ਕਰੇ ਅਸਾਂ ਹੈ ਅੱਲਾਹ ਦੀ ਰਜ਼ਾ ਦੇ ਕੈਦੀ ਜਦਾਂ ਗਰਮ ਪਾਣੀ ਵੀ ਦਿੰਦਾ ਦਿੰਦਾ ਇੱਜ਼ਤ ਨਾਲ ਮੁਹੰਮਦ ਵਾਲੇ ਮੁਹੰਮਦ 'ਤੇ ਦਰੂਦ ਪੜਦਾ ਹੋ ਸਕਦਾ ਇਹਦੇ ਇਲਮ 'ਚ ਹੀ ਨਾ ਹੋਵੇ ਜੋ ਅਸਾਂ ਸਹੀ ਆਦਾ ਤੋਸਿਆ ਵੀਰਾ ਦਾ ਮਸ਼ਵਰਾ ਪਸੰਦ ਆਏ ਅਤੇ ਜਿਹੜੇ ਅਫਤਾਰੀ ਦੇਵਣ ਆਏ ਨਾ ਸ਼ਲਾਫ ਅਤੇ ਜਿਹੜੇ ਬੰਦੇ ਜ਼ਿੰਦਾਨ ਦੇ ਹਾਲਾਤ ਤੋਂ ਵਾਕੇ ਅਗਰ ਤੁਹਾਡੇ ਕੋਲ ਕੈਦੀ ਹਨ ਮਾਲਕ ਇਹਨਾਂ ਦੀ ਕੈਦ ਦਾ ਸਦਕਾ ਰਿਹਾਈ ਦੇਵੇ ਸ਼ਲਾਫ ਅਤੇ ਦਸਤਕ ਦੇ ਕੇ ਖਾਣਾ ਰੱਖ ਕੇ ਹੱਟਣ ਲੱਗਾ ਯਤੀਮਾਂ ਨਾ ਲਹਿਜੇ 'ਚ ਦੋਵੇਂ ਸ਼ਹਿਜ਼ਾਦੇ ਬੋਲਣ ਚਾਚਾ ਖਾਣਾ ਚਾਹ ਲੈ ਜਿਹੜਾ ਹਾਜ਼ਰ ਆਈ ਉਹਦੀ ਹਾਏ ਨਿਕਲੀ ਆਦੇ ਕੋਈ ਇਹਦਾ ਦਰਦ ਨਾ ਲੈ ਜੰਗ ਦੇ ਕੁਝ ਨਾ ਦੋ ਗੱਲਾਂ ਦੇ ਜਵਾਬ ਦੇ ਅਤਾਰਿਫੋ ਮੁਹੰਮਦ ਅਨਿਲ ਮੁਸਤਫਾ ਮਦੀਨੇ ਵਾਲੇ ਮੁਹੰਮਦ ਤੋਂ ਜਾਣਦੇ ਅਗਰ ਕੋਈ ਸੁਣੀ ਭਾਈ ਮਜਲਸ ਵਿੱਚ ਬੈਠੇ ਉਹ ਵੀ ਹਾਏ ਕਰਕੇ ਰੁਸੇ ਅਦੇ ਮੈਂ ਮੁਹੰਮਦ ਦਾ ਉਮਤੀ ਹੈ ਜਿਵੇਂ ਬੁੱਢਦੇ ਕੋ ਕਿਨਾਰਾ ਮਿਲੇ ਫੌਰਨ ਦੂਆ ਸਵਾਲ ਕੀਤਾ ਅਤਾਰਿਫੋ ਅਲੀ ਇਬਨੇ ਅਬੀ ਤਾਲਿਬ ਨਜਫ ਦੇ ਵਾਲੀ ਅਲੀ ਕੋ ਜਾਣਦੇ ਅਦੇ ਅਲੀ ਮੇਰਾ ਪਹਿਲਾ ਇਮਾਮ ਹੈ ਅੱਲਾ ਸ਼ੀਆ ਨਾ ਹੋਏ ਜਦੀ ਹਾਏ ਤਾਂ ਨਿਕਲੇ ਦੂਰ ਖੜਾ ਹੈ ਇਬਰਾਹੀਮ ਹੱਥ ਬਨ ਕੇ ਅਦੇ ਅਹਿਮਦ ਜਾਇਆ ਦੋ ਸਵਾਲ ਤੋਂ ਪੁੱਛੇ ਉਤਰੀਆ ਮੈਂ ਪੁੱਛਾਂ ਮੌਜੂਦ ਨਿੱਕੇ ਨਿੱਕੇ ਹੱਥ ਬਨ ਕੇ ਖੜਾ ਦੇ ਅਤਾਰਿਫੋ ਅੱਬਾਸ ਇਬਨ ਅਲੀ ਅਲੀ ਦੇ ਪੁੱਤਰ ਗਾਜ਼ੀ ਤੋਂ ਜਾਣਦੇ ਅਦੇ ਉਹ ਗਾਜ਼ੀ ਜਦੇ ਮਾਣ ਤੇ ਜ਼ੈਨਬ ਕਿਆ ਫਾਇਦਾ ਆ ਅੱਬਾ ਉਸਦੀ ਸੱਕੀ ਬੇਨ ਦੇ ਪੁੱਤਰ ਲਾਹੌਰ ਅਲੀ ਸੈਣ ਦੇ ਪੁੱਤਰ ਆਪਣੇ ਇਤਰਾਜ਼ ਕਰਨ ਲੱਗ ਗਏ ਨਾ ਦਿਲ ਜ਼ਾਕਰਾਂ ਦਾ ਬਣਾਇਆ ਹੋਇਆ ਕਿੱਸਾ ਲਾਹੌਰ ਅਲੀ ਦੀ ਧੀ ਦਫਨ ਨਹੀਂ ਸ਼ਹੀਦਾਂ ਤੋਂ ਮਾਫ਼ੀ ਮੰਗਦਾ ਅਗਰ ਲਾਹੌਰ ਅਲੀ ਦੀ ਧੀ ਦਫਨ ਨਹੀਂ ਤਾਂ ਅਲੀ ਕਿਹੜਾ ਮਜ਼ਲੂਮ ਹੈ ਜਿਹਦੀਆਂ ਧੀਆਂ ਦੀਆਂ ਕਬਰਾਂ ਦਾ ਪਤਾ ਹੀ ਤੁਰੇ ਨਹੀਂ ਜਾਂਦੀ ਹਾਏ ਨਿਕਲੀਏ ਛਲ ਆਪਣੇ ਦੇ ਗਮ ਵਿੱਚ ਕਦੇ ਹਾਏ ਦਵੈਣ ਨਾ ਕਰੋ ਚਾਚਾ ਜ਼ਿੰਦਾਨ ਦਾ ਦਰ ਖੋਲਸ ਫਿਤਰਤ ਦੀ ਬਾਤ ਕਰਾਂ ਭਲੋ ਅਤਾਰਿਫ ਅੱਬਾਸ ਇਬਨ ਅਲੀ ਅਲੀ ਦੇ ਪੁੱਤਰ ਗਾਜ਼ੀ ਨੂੰ ਜਾਣਦੇ ਆ ਗਾਜ਼ੀ ਜਦੇ ਮਾਣ ਤੇ ਆਲੀ ਵਤਨ ਛੋੜਾ ਮੇਰੇ ਤੋਂ ਪਹਿਲੇ ਹੁਸੈਨ ਦੇ ਰਾਕੇ ਰਲਮਾਨ ਦੇ ਦੁੱਖ ਨਹੀਂ ਪੜੇ ਔਲਾਦ ਦੀਆਂ ਜ਼ਿੰਦਗੀਆਂ ਜਿਹੜੇ ਜੋਲੀਆਂ ਸਿੱਖਦੀਆਂ ਨੇ ਲੈ ਪੁੱਤਰ ਦੇਵੇ ਚਾਚਾ ਹੀ ਦਰ ਖੋਲੇ ਬਾਤ ਫਿਤਰਤ ਦੀ ਕਰੂੰ ਤਾਂ ਜੇ ਲਿਓ ਪਿੰਜਰੇ ਦਾ ਦਰ ਖੁੱਲੇ ਤਾਂ ਪੱਖੀ ਉੱਡ ਵੇਂਦੇ ਜ਼ਿੰਦਾਨ ਦਾ ਦਰ ਖੋਲਿਆ ਵੰਜੇ ਕੈਦੀ ਤੁਰ ਪਾਉਂਦੇ ਮੁਤਮੈਨ ਖੜੇ ਰਹੇ ਅਦੇ ਮੈਂ ਦਰ ਖੋਲਿਆ ਤੁਸੀਂ ਦੌੜੇ ਨਹੀਂ ਅਦੇ ਨਾ ਸਾ ਘਰ ਵਸਾਵਣ ਵਾਲੇ ਹੈ ਕਹਿੰਦਾ ਉਜਾੜਨ ਵਾਲੇ ਨਹੀਂ ਜ਼ਾਉਂ ਦੀ ਰਜ਼ਾ ਦੇ ਕੈਦੀ ਹੈ ਜਿਹੜਾ ਹਾਕਮ ਦੀ ਮਰਜ਼ੀ ਤੋਂ ਬਗੈਰ ਇੱਕ ਕੈਦੀ ਆਜ਼ਾਦ ਕਰੇ ਉਹਦੀ ਸਜ਼ਾ ਬਣਦੀ ਹੈ 50 ਕੋੜਾ ਤੂੰ ਦੋ ਪਿਆ ਛੁੜੇ ਨੇ ਤਾਰੀਖ ਨਾ ਹੋਵੇ ਮੇਰਾ ਖੂਨ ਨਾ ਤੂੰ ਦੋ ਪਿਆ ਛੁੜੇ ਨੇ ਤੇਰੀ ਸਜ਼ਾ ਬਣਸੀ 100 ਕੋੜਾ ਅਜੇ ਤੇਰੀ ਸਜ਼ਾ ਰਹਿੰਦੀ ਉਹ ਸੀ ਤੇਰੀ ਜ਼ਿੰਦਗੀ ਮੁੱਕ ਵੇ ਸੀ ਜੇ ਤੂੰ ਮਰ ਗਿਆ ਤੇਰੇ ਬੱਚੇ ਰੁਲਣ ਵੇ ਸਨ ਅੱਲਾ ਪੁੱਤਰਾਂ ਦੀ ਜ਼ਿੰਦਗੀ ਕਰੀ ਪਈ ਅਕੀਲ ਪਤਾ ਲੱਗ ਗਈ ਉਸ ਤੋਂ ਮੈਨੂੰ ਮਾਫ਼ ਕਰਨਾ ਚਾਹੁੰਦੇ ਸੁਫੈਦ ਰੀਸ ਕਰੋਗਾ ਹਿਕ ਹੱਥ ਮੁਹੰਮਦ ਦੇ ਕਦਮਾਂ 'ਤੇ ਦੁਆ ਇਬਰਾਹੀਮ ਦੇ ਕਦਮਾਂ 'ਤੇ ਰੱਖ ਕੇ ਰੋ ਕੇ ਬੈਠਾ ਦੇ ਮੇਰੇ ਰੁਲਦੇ ਨੂੰ ਤਾਂ ਪੈ ਰੁਲੇ ਨੇ ਮੇਰੇ ਮੁਸਲ
ਕਰੀ ਜੋ ਚੰਗੇ ਤੋਂ ਹੋਏ ਨੇ ਹੱਥ ਖੋਲ ਕੇ ਬਹਿ ਜਾਂਦਾ ਬੰਦਾ ਹੱਥ ਕਦੀ ਮਾਤਮ ਵਾਸਤੇ ਨਹੀਂ ਉੱਛੀਂਦਾ ਹੁਸੈਨ ਦੀ ਮਾਂ ਤੇ ਤੇਰਾ ਨਹੀਂ ਹੋਵੇ ਜ਼ਾਤ ਰਾਹ ਦਿੱਤਸ ਭਾਈ ਜਾਨ ਜ਼ਾਤ ਰਾਹ ਦਿੱਤਸ ਅਦੇ ਕੂਫੇ ਦੇ ਫੁਲਾਂ ਚੌਂ ਕੇ ਸ਼ੁੱਤਰ ਸਵਾਰ ਉੱਠਾਂ ਤੇ ਸਵਾਰ ਕਾਫਲੇ ਜਿਹੜਾ ਮਦੀਨੇ ਪਿਆ ਵੈਂਦਾ ਅਗਰ ਸਾਲਾਰ ਕੋ ਮਿਲ ਪਏ ਈਦ ਮਾਂ ਤੇ ਭੇਣੀ ਕੁਲਵਨ ਗੁਜ਼ਰੇ ਚੌਕੇ ਚ ਆਏ ਉੱਠ ਗੁਜ਼ਰ ਗਏ ਉੱਠਾਂ ਦੇ ਪੈਰਾਂ ਨਾਲ ਉੱਡੀ ਹੋਈ ਧੂੜ ਵਾਪਸ ਜ਼ਮੀਨ ਤੇ ਪੈਠਾਂਦੀ ਆਈ ਕਿੱਥਾਂ ਉੱਠਾਂ ਦੀ ਰਫ਼ਤਾਰ ਕਿੱਥਾਂ ਪੰਜ ਸੱਤ ਸਾਲ ਦੇ ਕੈਦੀ ਸੱਜਿਆ ਭਜਨ ਸਾਰੀ ਰਾਤ ਭਜਦੇ ਰਹਿਣ ਰਾਤ ਮੁੱਕ ਗਈ ਹੈ ਕੂਫਾ ਨਹੀਂ ਮੁੱਕਾ ਅੱਲਾ ਦਰਜਾਤ ਬੁਲੰਦ ਕਰੇ ਚਾਚੇ ਮਲਿਕ ਮੁਖਤਾਰ ਹੁਸੈਨ ਖੋਖਰ ਦੇ ਉਹ ਇੱਕ ਬੰਦ ਬੜਾ ਕਸਰਤ ਨਾਲ ਪੜਦਾ ਏ ਤੰਗ ਗਲੀਆਂ ਕੂਫੇ ਦੀਆਂ ਇੱਕ ਗਲੀ ਦਾ ਮੋੜ ਆਏ ਭਰਾ ਹੱਥ ਪਕੜ ਕੇ ਅੰਧੇਰੀਆਂ ਗਲੀਆਂ 'ਚ ਵਧੇ ਭਜਦੇ ਨੇ ਜਾਂ ਭਰਾ ਦੇ ਹੱਥ ਨਾਲ ਇਬਰਾਹੀਮ ਦਾ ਹੱਥ ਛੁੱਟੇ ਅਤੇ ਪੰਜ ਸਾਲ ਦਾ ਸੈਦ ਦੀਵਾਰ 'ਤੇ ਮੱਥਾ ਰੱਖ ਕੇ ਬੈਠਾ ਦੇ ਤੂੰ ਵਹਿੰਦਾ ਹੈ ਤਾਂ ਵੰਜ ਵੇ ਵੀਰੋ ਸਲ ਰੱਬ ਵਤਨੇ ਤੂੰ ਚਾਵੀ ਮਨ ਆਖੇ ਆਪਣੀ ਅਮੜੀ ਕੋ ਜਦਾ ਆ ਉਜੜੀ ਆਖੇ ਦੁੱਖਾਂ ਦਰਦਾਂ ਕੀਤੇ ਅੰਮਾ ਤੇ ਗਰੀਬ ਪੁਜਾਇਆ ਹਾਵੀ ਦਰਖਤ ਭਲਾ ਹੋਵੇ ਹਰ ਮੁਸਾਫਿਰ ਈ ਕੋ ਸਫ਼ਰ ਕਰੇਂਦੇ ਤੇ ਰਾਤ ਨੂੰ ਆਰਾਮ ਕਰਦੇ ਕਈ ਮਜਬੂਰੀ ਆਈ ਮੁਸਲਿਮ ਦੇ ਪੁੱਤਰਾਂ ਦੀ ਰੋਸ਼ਨੀ ਜ਼ਾਹਿਰ ਹੋਈ ਨਾ ਤੱਕ ਦਰਖਤ ਝੁੰਡ ਛੁਪ ਕੇ ਬਹਿ ਗਏ ਜਿਵੇਂ ਜ਼ਾਲਿਮ ਸ਼ਿਕਾਰੀ ਤੋਂ ਡਰ ਕੇ ਪਰਿੰਦੇ ਘੋਂਸਲੇ ਛੁਪ ਪਏ ਨੇ ਹਾਰਿਸ਼ ਇਸ ਤੇ ਖੁਦਾ ਲਾਨਤ ਕਰੇ ਇਹਦੀ ਜਿਹੜੀ ਬੀਵੀ ਹੈ ਉਹ ਮੋਮਨ ਹੈ ਇਹਦੀ ਮਿਸਾਲ ਵੀ ਤੁਸੀਂ ਬਜ਼ੁਰਗ ਜ਼ਾਕਰਾਂ ਤੋਂ ਸੁਣੀ ਹੋ ਸੀ ਜਿਵੇਂ ਫਿਰਾਉਣ ਦੇ ਘਰ ਆ ਸੀਗਾ ਇਹਦੀ ਉਹ ਮਿਸਾਲ ਦਿੱਤੀ ਵੈਂਦੀ ਹੈ ਬਜ਼ੁਰਗਾਂ ਤੋਂ ਮੈਂ ਜੁਮਲੇ ਸੁਣੇ ਨੌਕਰਾਨੀ ਕੋ ਭੇਜਸ ਵੰਨ ਪਾਣੀ ਭਰਾ ਨੌਕਰਾਨੀ ਬਾਹਨੀ ਵੀ ਮੋਮਨ ਹੈ ਆਈ ਪਾਣੀ ਭਰਨ ਯਾਰ ਵਸਦੇ ਘਰਾਂ 'ਚ ਸਾਹਿਬ ਔਲਾਦ ਢੇਰ ਬੰਦੇ ਮੇਰੇ ਸਾਹਮਣੇ ਬੈਠੇ ਹੋ ਚਾਚਾ ਮਰਦ ਦਾ ਦਿਲ ਸਖਤ ਹੁੰਦਾ ਮਸਤੂਰ ਦਾ ਨਰਮ ਹੁੰਦਾ ਗਲੀ 'ਚ ਕਿਸੇ ਬੱਚੇ ਨੂੰ ਕੋਈ ਚੋਟ ਆ ਵਨੇ ਕੋਈ ਤਕਲੀਫ ਹੋਵੇ ਬੱਚਾ ਰੋ ਰਿਹਾ ਹੋਵੇ ਮਰਦ ਗੁਜ਼ਰ ਸਕਦਾ ਮਸਤੂਰ ਨਹੀਂ ਗੁਜ਼ਰ ਸਕਦਾ ਉਹਦੀ ਮਮਤਾ ਕੋ ਗੁਜ਼ਰਨ ਨਹੀਂ ਦਿੰਦੀ ਕਹਿੰਦਾ ਹੀ ਰੋਂਦਾ ਵੇਖ ਸੀ ਤਾਂ ਉਹਦੇ ਕੋਲ ਦੁੱਖ ਪੁੱਛ ਸੀ ਕਹਿੰਦਾ ਹੀ ਜ਼ਖਮੀ ਵੇਖ ਸੀ ਤਾਂ ਅਹਿਸਾਸ ਕਰ ਸੀ ਜੇ ਤੇਰਾ ਜ਼ਹਿਨ ਕੂਫੇ ਤੇ ਹਾਜ਼ਰ ਮੇਰੇ ਲਫ਼ਜ਼ਾਂ ਨਾਲ ਬੈਠੇ ਆਈ ਪਾਣੀ ਭਰਨੇ ਪਾਣੀ ਭਰ ਲਿਆ ਚੰਨ ਵਰਗੇ ਚਿਹਰੇ ਅਕਸ ਦਿੱਠਸ ਹੱਥੋਂ ਪਾਣੀ ਲੈ ਪਿਆ ਹੈਰਾਨ ਹੋ ਕੇ ਇਬਰਤ ਦੀ ਉਂਗਲ ਮੂੰਹ ਪਾ ਕੇ ਦਰਖਤ ਵੇਖ ਕੇ ਸ਼ਹਿਜ਼ਾਦੇ ਨੂੰ ਮੁਖਾਤਿਬ ਕਰਕੇ ਆਦੀ ਹੈ ਕਿਹੜੀ ਮਾਂ ਦੀ ਝੋਲੀ ਉਜਾੜੀ ਨੇ ਜੈ ਮਾਂ ਨਾਲ ਰੁਸ ਕੇ ਪੁੱਤਰ ਦਰਖਤ 'ਚ ਬੈਠੇ ਹੋ ਸੋ ਮਾਂ ਤਾਂ ਮਰ ਗਈ ਹੋ ਸੀ ਪਹਿਲਾਂ ਹੋਵੇ ਯਾਰ ਜਿਹਦੇ ਹੱਥ ਅੱਲਾ ਮਾਤਮ ਵਾਸਤੇ ਬਣਾਏ ਅਦਿਲ ਤੋਂ ਰਾਤ ਦੀ ਗੱਲ ਕਰਦੀ ਅਸਾਂ ਸਾਲ ਕਹਿੰਦੀ ਰਹੇ ਅੱਲਾ ਮਰੀਜ਼ਾਂ ਨੂੰ ਸਿਹਤ ਦੇਵੇ ਜਿਤਨੇ ਅਜ਼ਾਦਾਰ ਤਸ਼ਰੀਫ ਫਰਮਾਓ ਅਸਾਂ ਕਯਾਮ ਮਾਂ ਦੇ ਪੁੱਤਰ ਨਹੀਂ ਅਸਾਂ ਸੈਦ ਹੈ ਸਾਡੀ ਮਾਂ ਬਤੂਲ ਹੈ ਲਫ਼ਜ਼ ਬਤੂਲ ਆਏ ਤੇ ਦੌੜ ਪਈ ਬੱਲਾ ਹੋਵੇ ਮੈਂ ਵਹਿਣ ਕਰਨ ਲੱਗਾ ਲਫ਼ਜ਼ ਬਤੂਲ ਆਏ ਦੌੜ ਪਈ ਕੈਫੀਅਤ ਭੱਜਦੀ ਦੇ ਪੁੱਛਿਆ ਗਈ ਤਾਂ ਪਾਣੀ ਭਰਨਾ ਮੈਂ ਇਹ ਕੈਫੀਅਤ ਤੇਰੀ ਕਹਿ ਬਣੇ ਮਾਲਕਿਨ ਨੂੰ ਪਈਆ ਦੀਏ ਜੰਨਤ ਖਰੀਦਣੀ ਹੋਈ ਹੈਰਾਨ ਹੋ ਕੇ ਆਦੀਏ ਕੂਫੇ 'ਚ ਕੌਣ ਜੰਨਤ ਵਧਾ ਵਿੱਚ ਇਹਦਾ ਉਹ ਜਿਹੜਾ ਦਾਰੁਲ ਅਮਾਨਾ ਦੀ ਛੱਤ ਮੁਸਲਿਮ ਨੂੰ ਸ਼ਹੀਦ ਕੀਤਾ ਨੇ ਉਹਦੇ ਦੋ ਪੁੱਤਰ ਦੌੜ ਪਈ ਮਹਿਮਾਨ ਬਣਾ ਕੇ ਘਰ ਘਿਨ ਆਈ ਚੋਟੀਆਂ ਦੁਆਈਆਂ ਨਵੀਆਂ ਪੁਸ਼ਾਕਾਂ ਪਵਾਈਆਂ 14 'ਚ ਕਦੀਮ ਮੈਂ ਮੁਹਰਮ ਪੜਿਆ ਰਾਵਲ ਪਿੰਡੀ ਮੈਂ ਜੋੜੀ ਦੇ ਜਨਾਂ ਦੇ ਬਰਾਮਦ ਕਰ ਮੈਂ ਕਿਹਾ ਨਵੀਆਂ ਪੁਸ਼ਾਕਾਂ ਪਵਾਈਆਂ ਆਈਟਲ 4 ਦਾ ਸੈਦ ਅਮੀਰ ਹੁਸੈਨ ਸ਼ਾਹ ਬੜੇ ਅਜ਼ਾਦਾਰ ਸੈਦ ਨੇ ਬਈ ਤਸਵਰ ਉੱਠ ਖਲੋਤੇ ਉਹਨਾਂ ਜੁਮਲਾ ਦਿੱਤਾ ਮਜਲਸ ਹੋ ਗਈ ਅਦਾ ਕਰੇ ਦਵਾਨ ਨਵੀਆਂ ਤਾਂ ਪਵਾਈਆਂ ਜੋ ਕੱਲ੍ਹ ਕਫਨ ਦੀ ਜਾ ਕੰਧੇ ਸਿਰ ਜਿਹੜਾ ਹਾਜ਼ਰ ਆਈ ਉਹਦੀ ਆਏ ਨਿਕਲੀ ਆਦੀ ਭਲਾ ਹੋਈ ਭਲਾ ਹੋਏ ਯਾਰ ਖੁਲਾ ਕੇ ਰੋਣ ਭਲਾ ਹੋਵੇ ਸੈਦਾਰ ਆ ਦਿਓ ਖਾਣਾ ਸੈਦ ਚੁੱਪ ਰਹੇ ਚੁੱਪ ਵਿੱਚ ਆ ਮਾਂ ਭਲਾ ਹੋਵੇ ਭੈਣ ਦੇ ਨਸੀਬ ਹੋਵੇ ਮਾਂ ਬਣ ਕੇ ਖਾਣਾ ਖਵਾਏ
छोटी औलाद आले वड्डे को सामने छोटे को झोली एक लुकमा तुड़ेंदी है सत सत बारी रुखसारा ते बोसे घिंदी है त्रीजा लुकमा इब्राहिम दी अखा नहीं सामन दे बदल मोमन दे हथ आले मोहम्मद दी कनीज दे हथ खाना गए पिए हाथ बन के आख्या रोंदा जो पे है कनीज को गलती की थी है छोटा सैयद गल च पाई पा के दे कनीज नशरा है मुद्दत बाद माँ दा प्यार याद दिलाया जदा वस्ता मदीना मई ने प्यार कर दिया या मई ने खाने खाए दिया मैं को हुक्म बानी आन दाई में आई जदी में मुहर्रम में तफसीली में ता इख्तसार खुतबे दा करके लोग शुरू कर लेते न हुक्म आई सकू मसाए मुकम्मल सुना में तफसील ता चाचा दुख पड़े जो हर बंदा हंजुआ दी खैरात नाल झोली भर लवे इजाजत मंगी ने दिन रात ईद दिए हालात तेरे सामने नच सफर करने अद यही मेले तो मेहमान को कोई नहीं टुरेंदा नाले सारा सफर सहरात है आज दी रात मेरे घर मेहमान बनो तुसे सफर पैदल तय नहीं कर सकते कल गुलाम दा इंतजाम करके सवारी दा इंतजाम करके तक मदीने भिजे सा सैयदा को लो खुशनुदी हासिल कर सा बारह पौड़ियाँ उच्चा मकान है जेंदे ते आके डू बिस्तर बनाए यतीम खड़े दिन डू न बना हेक बना भला भला तेरी हाय तो सदके सदा परदे च बैठी मेरी सैन तेरी हाय कबूल कर लवे हाय दा तलक हो गई पत्ते च बैठे वारसना ने भला होवे सैयदा तेरे तराजी होवे अदन तू न बना जेको समझ आई मुसल्ले ते लव याद आसी भाई नहीं मक वजू कर सी हेक बना हेक क्यों बना ते को पता नहीं रात ईद दी असा माँ तो दूर है भेड़ी तो दूर है अगे तो जिंदान चले दले तो बंद कर दे असा चाहते हैं सीने नाल सीना होवे हिक बे दी कंड पिछु हाथ बंधे हुए होवे चलो आज आई दली रात तो सुख दी गुजारी है बलो बलो 20 साल हो गए मैं कुबेर पर ते मसाए पढ़ दिया आवाज तो लाए के होन तक हर मजलस जाओ के देख लो मैं जदा ही ना लफ्ज ते आया हे नफ्सियाती जुमला लेकिन मैं जरूर पढ़ता रहना चिट्टे सारा लिया मामा सुफेद रीश बुजुर्ग मेरी इस बात की गवाही दे सन अगर किसी घर ते करम होवे औलाद दा अल्लाह सात पुत्र देवे ईद अली रात छे पुत्र माँ दे कोल होवे सतवा कैदी ना होवे परदेस च मजदूरी करदा होवे हर कोई खाना खासी माँ न खासी अगर शोहर अक्सी ना खा लाए मेरा न खाना लाहौर मूह करके अब्बास दी बहन तेरा अपना मुकद्दर ईद आली रात तेरी जोड़ी का दिल देगा पसीने तो शराबूर सवारी थकी क्यों नहीं खांदा ओ लबसन तक खासा जे इब्तदा तवज्जो नाल सुनिए चाचे जेड़े चिट्टियां दाड़ियां वाले बुजुर्ग बैठे ओ लबसन तक खासा कौन अमीर मुस्लिम दे पुत्तर ये जुमले मेरा बाबा मरहूम पढ़दा आले मोहम्मद दी कनीज मिट्टी ते बह के हथ बन के पिया दिए कोई पिया खुलावे मोहम्मद दी धी दे वाल तू न खुला अब कमीना मैं माशरे सैर दे मथे की में लटसा इन मोमन मिन्नत की दिए इन छोटे को भाई नहीं माँ चाहे हाँ न लाए नुकसान जो क्या किस इब्राहिम थक पिया हुए जो कातिल दे घर निंद्र आ गई याद नहीं रहा जो कातिल दा घर बते भिरा जगावन शुरू की दशा दे मोहम्मद जाग हुणे मैनू मां मिलण आई है सारे बुलाओ यार जी मैं जनाजे ते बैठ करे मेरी यतीमा दा मसाए
भलोए खुला किरो मणाले तो यती गल किरो ने अम्मा अम्मा देवाए बैठे करे ने अकील भाई अल्लाह पुत्र दिलगी करे पैंगो से औलाद नाल मस्ते रहो मालिक तेरी नस्ल जदादारी मुंतकिल करे औखी दुआ हर बंदा झोली फैला पावे हरामी दे कन्न ते आवाज आई घर वाली दुआ ते कहंदे बाले भाईओ साफ लमानो सेहत देवे अज के हमसाया दे ओ सेना ते तो कन दे ले जा दसे दे रुले ओए यतीम हेलो वे यार कुल्ला करो वणा ले आदे लगदा है जीवे मेरे मकान दी छत ते बैठे रहोगे बहूर लहुमे चथा नाल पढ़ लवे घर वाली दुआ दे मैनु उठले मकान दी चाबी दे सजा दिया ले ओ कंड करे जेड़ा बंदा दे मैनु जिंदगी च रोवण नहीं आया घर वाली दुआ दे चाबी दे मोमना इनकार कीता है हरामी तालिया ना चाया है अपनी घर वाली दुनो तालिया ले मारे स नवा तालिया ना लगाए मदीने तो भाई चकी दिया ना दिया जहरा गुजर जावा लगाया पत्थर ताले ते खड़ा मरे दा ताले ते खड़ा है लगता लाहौर अली ने जिगर दे पिया है ताला टूटा है अंधेरा कमरा है सैयद सैम गए कैवेले भाई अब्बास थोड़ी मदद करे सो थोड़ी एक मदद कराए मैं दो वैड कर लवा हर अजादार कुल्ला के मातम कर जवानी में मानो जितने जवान मैं नौकर चाचा तेरी अंधिया ने पर दे ओ मेरा और जवानो भिरा मिन्नत जो की दिए इनु शर्म आया ये कोई ना इस बदले चाट मारी है चाट तो लग रहा हाँ एक बाबा मेरे हम बंद पड़ता हाँ शिकारी जंगल तो बाहर आने ए अब्बास ते अल्लाह ते मेरा हाथ है ये जुमले मैं पढ़े अल्लाह दर्जा बुलंद करे सैयद रियाज हुसैन सर तो वाला ले दे और साकिया रिजवान बछड़ा परिंदिया दे पर रोंदे लुका नहीं इस बाजू ऐ चुत नहीं पकड़ा इस उठ पकड़ा है जिथू मां कंघियां दे दी आई हरामी सीढ़ियां लाड़ा शुरू कीता है ना पौड़ियां लाड़ा
आसरे नाल खैरात मिल गई आई, मजलस मेरे हिस्से दी हो गई आई। अल्लाह पुत्रा दी जिंदगी करने औखिया सतरा जड़िया छोड़ी वेंदा है उतों से आले ओ आप सुता रे आए यतीम खड़े रहे शहादत पढ़ते ही कोई नहीं ईद लदी चढ़ाया और मेरिया मावा भेड़ा मुसलमान मावा पुत्रा नु कपड़े पवाए ईद नमाज पढ़न वास्ते मस्ता भरी दिया रही लाहौर आली दे पुत्र आंदे वेंदे दरा देखते रहे ईद नमाज पढ़न दे बाद हर मुसलमान घरों जानवर कठे बेगैरत लगा आया है इस गल च रस्सियां पाइल आदा लोग जानवर दी बाकरे से अज मैं मुस्लिम दे लाल सारे सर ते मातम करो हर बंदा मातम में शामिल हो गया अज कू भाई भला होवे हुसैन जी मामे तो करा सियादा जाओ चलती है जिथे अग बनती है चलाए के घरों निकलाया गल च रसिया अज जैब दी 9 साल दी धी है जेड़ी भज के मकान दी छत चढ़ गई है आदि कूफे आले भाजा ओ मेरे मेहमान अल्लाह कोई दुख न दे वे मैं नौकरा मैं नौकरा मैं नौकरा हबशी गुलाम है जुमले मेरा बाबा पढ़ता हबशी गुलाम है अदे वाले बच्चियां ने ठीक करा मैं नौकरा हर मुसलमान घरों जानवर कठेल हर इस लगा आया है इस सैन दे पुत्रा दे गल रसियां पाइया ला अदे लोग जानवर दी मां करे सैल अज मैं सैन जदी छोटी औलाद गुलाम सर कलम कर रहा गुलाम लायक तुरा है छोटा वे वीर यदि शकली में है जिम्मे नाने दे मुअज्जिन बिलाल गुलाम तलवार सती है पुत्र नु आदे तू जिम्मा कर आदे वीर दी दाड़ी में पहला दी है जिम्मे अकबर दी पहला दी आई है ये पुत्र तलवार सती है हरामी आप आलम की दी है आदे जल्दी करो चोले लहाओ बटे लहाओ